दोस्तों सर और मैडम का की अर्थ है कि तुम जानते हो ये शब्द कितों आए हैं? और अगर तुम लोग नए हो तो सब्सक्राइब करो, वो जो लाल वाला बटन है उस पे फूट फेंक के मारो या फिर मोमबत्ती, मुझे नहीं पता, बस क्लिक हो जाना चाहिए। ਤੁਸੀਂ ਅਤੇ ਮੈਂ ਸਕੂਲ ਤੋਂ ਦਫ਼ਤਰ ਤੱਕ ਸਰ ਅਤੇ ਮੈਡਮ ਕਹਿੰਦੇ ਰਹਿੰਦੇ ਹਾਂ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦਾ ਅਰਥ ਕੀ ਹੁੰਦਾ ਹੈ? ਜੇਕਰ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ। ਅਰੇ ਕਹਿਣਾ ਕੀ ਚਾਹਤੇ ਹੋ? ਦੋਸਤੋ ਅਸੀਂ ਸਰ ਅਤੇ ਮੈਡਮ ਸ਼ਬਦ ਅਕਸਰ ਵਰਤਦੇ ਰਹਿੰਦੇ ਹਾਂ। ਅਸੀਂ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਵੀ ਇਸ ਨੂੰ ਬੋਲਦੇ ਹਾਂ। ਇਹ ਸ਼ਬਦ ਭਾਰਤੀ ਭਾਸ਼ਾ ਵਿੱਚ ਇੰਨਾ ਜੁੜ ਗਿਆ ਹੈ ਕਿ ਅਸੀਂ ਇਸ ਨੂੰ ਆਮ ਬੋਲਚਾਲ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਇਹ ਸ਼ਬਦ ਇਸ ਤਰ੍ਹਾਂ ਸਾਡਾ ਆਪਣਾ ਬਣ ਗਿਆ ਹੈ ਕਿ ਇਹ ਹੁਣ ਪਰਦੇਸੀ ਵੀ ਨਹੀਂ ਲੱਗਦਾ। ਸਕੂਲ ਹੋਵੇ ਜਾਂ ਕਾਲਜ ਜਾਂ ਕਿਸੇ ਦੁਕਾਨ ਦਾ ਗ੍ਰਾਹਕ, ਹਰ ਥਾਂ ਇਹ ਸ਼ਬਦ ਦੀ ਵਰਤੋਂ ਆਮ ਹੋ ਗਈ ਹੈ। ਹਾਲਾਂਕਿ ਬਹੁਤ ਘੱਟ ਲੋਕ ਸੋਚਦੇ ਹਨ ਕਿ ਇਸ ਸ਼ਬਦ ਦਾ ਕੀ ਅਰਥ ਹੈ ਅਤੇ ਇਹ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਇਹ ਕਿਉਂ ਕਿਹਾ ਜਾਂਦਾ ਹੈ। ਜੇਕਰ ਤੁਸੀਂ ਵੀ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਦੱਸਦੇ ਹਾਂ। ਨਹੀਂ ਦੋਸਤੋ, ਪਹਿਲਾਂ ਗੱਲ ਕਰਦੇ ਹਾਂ ਸਰ ਸ਼ਬਦ ਦੀ, ਇਹ ਕਿੱਥੋਂ ਆਇਆ? ਦੋਸਤੋ, ਸਤਿਕਾਰਯੋਗ ਵਿਅਕਤੀਆਂ ਜਾਂ ਅਧਿਕਾਰੀਆਂ ਅੱਗੇ ਸਰ ਸ਼ਬਦ ਜੋੜਿਆ ਜਾਂਦਾ ਹੈ, ਜਿਵੇਂ ਕਿ ਹਿੰਦੀ ਵਿੱਚ ਸ਼੍ਰੀ ਅਤੇ ਸ਼੍ਰੀਮਾਨ। ਅਜਿਹੇ ਵਿੱਚ ਅਕਸਰ ਸਵਾਲ ਉੱਠਦਾ ਹੈ ਕਿ ਇਹ ਸ਼ਬਦ ਕਿੱਥੋਂ ਆਇਆ, ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਸ਼ਬਦ ਫਰਾਂਸੀ ਸ਼ਬਦ ਸਿਰ ਤੋਂ ਆਇਆ ਹੈ, ਜੋ ਕਿਸੇ ਬਜ਼ੁਰਗ ਨੂੰ ਸੰਬੋਧਿਤ ਕਰਨ ਲਈ ਵਰਤਿਆ ਜਾਂਦਾ ਹੈ। ਸਰ ਰਾਜਨੀਤਿਕ ਅਤੇ ਕੂਟਨੀਤਿਕ ਕਾਰਨਾਂ ਕਰਕੇ ਦਿੱਤਾ ਗਿਆ ਹੈ। ਇਹ ਇੱਕ ਸਨਮਾਨਯੋਗ ਖਿਤਾਬ ਵੀ ਸੀ ਜੋ ਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਕੁਝ ਕੁ ਭਾਰਤੀਆਂ ਦੇ ਹੱਕ ਵਜੋਂ ਦਿੱਤਾ ਗਿਆ ਸੀ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ। ਹੁਣ ਗੱਲ ਕਰਦੇ ਹਾਂ ਮੈਡਮ ਸ਼ਬਦ ਕਿੱਥੋਂ ਆਇਆ। ਦੋਸਤੋ, ਮੈਡਮ ਸ਼ਬਦ ਜੋ ਕਿ ਇੱਕ ਸਰ ਵਾਂਗ ਮਰਦ ਦੀ ਬਜਾਏ ਔਰਤ ਨੂੰ ਸਤਿਕਾਰ ਦੇਣ ਦੇ ਮਕਸਦ ਲਈ ਕਿਹਾ ਗਿਆ ਸੀ। ਦੋਸਤੋ, ਮੈਡਮ ਸ਼ਬਦ ਮਾਈ ਡੈਮ ਸ਼ਬਦ ਤੋਂ ਬਣਿਆ ਹੈ। ਡੈਮ ਸ਼ਬਦ ਲਾਤੀਨੀ ਡੋਮੀਨਾ ਤੋਂ ਆਇਆ ਹੈ, ਜੋ ਡੋਮਿਨਸ ਦਾ ਇਸਤਰੀ ਰੂਪ ਹੈ, ਜਿਸ ਦਾ ਅਰਥ ਹੈ ਮਾਲਕ ਜਾਂ ਮਾਲਕਨ। ਹਾਲਾਂਕਿ ਹੁਣ ਡੈਮ ਸ਼ਬਦ ਨੂੰ ਸਤਿਕਾਰਯੋਗ ਮੰਨਿਆ ਜਾਂਦਾ ਹੈ। ਕਿਸੇ ਸਮੇਂ ਡੈਮ ਸ਼ਬਦ ਦੀ ਵਰਤੋਂ ਵਿਆਹੁਤਾ ਔਰਤਾਂ ਜਾਂ ਜ਼ਿੰਮੇਵਾਰ ਅਹੁਦੇ ਸੰਭਾਲਣ ਵਾਲੀਆਂ ਔਰਤਾਂ ਲਈ ਕੀਤੀ ਜਾਂਦੀ ਸੀ, ਪਰ ਹੁਣ ਇਸ ਦੀ ਥਾਂ ਮੈਡਮ ਸ਼ਬਦ ਵਰਤਿਆ ਜਾਂਦਾ ਹੈ। ਦੋਸਤੋ, ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਸਰ ਅਤੇ ਮੈਡਮ ਸ਼ਬਦ ਕਿੱਥੋਂ ਆਇਆ ਤੇ ਇਹ ਕਿੰਨਾ ਲਈ ਕਿਹਾ ਜਾਂਦਾ ਹੈ। ਖਤਮ, ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ।